ਅਸਲਾਮ ਅਲੈਕੁਮ, ਕੀ ਹਾਲ ਚਾਲ ਨੇ? ਉਮੀਦ ਕਰਦਾ ਤੁਸੀਂ ਸਾਰੇ ਖੈਰ ਖਰੀਅਤ ਨਾਲ ਹੋਵੋਗੇ। ਲਓ ਜੀ, ਅੱਜ ਅਸੀਂ ਸ਼ੁਰੂ ਕਰ ਰਹੇ ਹਾਂ ਆਪਣਾ ਇਸ ਮਿੰਨੀ ਫੈਮਿਲੀ ਦਾ ਪਹਿਲਾ ਵਲੌਗ, ਜਿਹਦੇ 'ਚ ਤੁਹਾਨੂੰ ਇੰਟਰੋਡਕਸ਼ਨ ਕਰਵਾਉਂਦੇ ਹਾਂ ਸਿਰਫ ਮਿੰਨੀ ਫੈਮਿਲੀ ਦੇ ਵਿੱਚ। ਇਹ ਦੋ ਹੀ ਬੰਦੇ ਨੇ, ਇਹ ਮੇਰੇ ਵਾਲਦਾ ਨੇ, ਠੀਕ ਹੈ, ਅਤੇ ਉਸ ਤੋਂ ਬਾਅਦ ਇਹ ਮੈਂ ਵਾਂ। ਇਹ ਦੋ ਹੀ ਬੰਦੇ ਨੇ ਸਾਡੇ ਮਿੰਨੀ ਫੈਮਿਲੀ ਦੇ ਵਿੱਚ, ਅਤੇ ਮੈਂ ਤੁਹਾਨੂੰ ਦੱਸਦੇ ਹਾਂ ਇਹਦੇ 'ਚ ਅਸੀਂ ਡੇਲੀ ਲਾਈਫ ਦੇ ਵਲੌਗ ਆਪਣੇ ਸ਼ੇਅਰ ਕਰਾਂਗੇ, ਠੀਕ ਹੈ। ਡੇਲੀ ਲਾਈਫ ਦੀ ਵਲੌਗਿੰਗ ਦੇ ਅੰਦਰ ਤੁਹਾਨੂੰ ਹਰ ਚੀਜ਼ ਜਿਸ ਤਰ੍ਹਾਂ ਸਾਡੇ ਘਰ 'ਚ ਹੁੰਦੀ ਹੈ, ਜੋ ਸਾਡੀ ਡੇਲੀ ਲਾਈਫ ਦੀ ਰੂਟੀਨ ਹੈ, ਉਹ ਹੀ ਸ਼ੇਅਰ ਹੋਏਗੀ। ਕੋਈ ਇਹਦੇ 'ਚ ਰਦਾ ਬਦਲ, ਕੋਈ ਐਡੀਟਿੰਗ ਨਹੀਂ, ਕੋਈ ਐ ਨਹੀਂ ਕਿ ਵੀਡੀਓ ਬਣਾਉਣ ਲੱਗੇ ਚੱਕ ਦਿਓ ਐਸ਼ਾ ਪਾਸੇ ਕਰ ਦਿਓ ਐਸ਼ਾ ਪਾਸੇ ਕਰ ਦਿਓ, ਇਸ ਤਰ੍ਹਾਂ ਕੋਈ ਸੀਨ ਨਹੀਂ ਹੋਏਗਾ। ਤੁਹਾਨੂੰ ਏ ਟੂ ਜ਼ੀ ਜੋ ਸਾਡੇ ਘਰ ਦੇ ਵਿੱਚ ਹੋ ਰਿਹਾ, ਜੋ ਲਾਈਫ ਹੈ, ਜੋ ਅਸੀਂ ਗੁਜ਼ਾਰ ਰਹੇ ਹਾਂ, ਉਹੀ ਇਹਦੇ 'ਚ ਸ਼ੇਅਰ ਹੋਏਗੀ। ਅਤੇ ਲਓ ਜੀ, ਹੁਣ ਮੈਂ ਅਜੇ ਸੁੱਤਾ ਹੀ ਉੱਠਿਆ ਸੀ, ਅਤੇ ਇਹ ਪਤਾ ਨਹੀਂ ਕੀ ਖਿਲਾਰਾ ਪਾਇਆ ਮਾਂ ਜੀ ਨੇ। ਇਹ ਕੀ ਹਿਸਾਬ ਕਿਤਾਬ ਲਾਇਆ ਹੋਇਆ? ਕੁਛ ਵੀ ਨਹੀਂ ਹਿਸਾਬ ਕਿਤਾਬ, ਕੀ ਲਾਇਆ? ਅਸਲਾਮ ਅਲੈਕੁਮ, ਹਾਂਜੀ, ਕੀ ਹਾਲ ਨੇ? ਠੀਕ ਹੋ? ਇਹ ਕੁਛ ਨਹੀਂ, ਖਿਲਾਰਾ ਪਾਇਆ। ਸੁਬਹਾ ਦਾ ਟਾਈਮ ਹੈ, ਜੁੰਮੇ ਦਾ ਦਿਨ ਹੈ, ਜੁੰਮਾ ਮੁਬਾਰਕ ਹੋਵੇ ਸਾਰਿਆਂ ਨੂੰ। ਅਤੇ ਇਹ ਬਸ ਐਵੇਂ ਘਰ ਦੇ ਕੰਮ ਨੇ, ਰੋਜ਼ੇ ਆ ਰਹੇ ਨੇ ਮਾਸ਼ਾਅੱਲਾ, ਅਤੇ ਰੋਜ਼ੇ ਦੇ ਆਉਣ ਤੋਂ ਪਹਿਲੇ ਪਹਿਲੇ ਜਿਹੜੇ ਕੰਮ ਹੁੰਦੇ ਨੇ, ਬੰਦਾ ਕਹਿੰਦਾ ਕਿਹਾ ਵੀ ਕਰ ਲਵਾਂ, ਵੀ ਕੱਲਾ ਰੋਜ਼ ਨਾ ਕਰਨੇ ਪੈਣ ਇਸ ਵਾਸਤੇ, ਅਤੇ ਮਾਸ਼ਾਅੱਲਾ ਹੁਣ ਰੋਜ਼ੇ ਰੱਖਣੇ ਨੇ ਇਸ ਵਾਸਤੇ। ਨਹੀਂ ਤਾਂ ਤੁਹਾਡੇ ਘਰਾਂ ਦੇ ਵਿੱਚ ਵੀ ਸਾਰੀਆਂ ਜਿਹੜੀਆਂ ਮਾਵਾਂ ਨੇ, ਭੈਣਾਂ ਨੇ, ਸਾਰੀਆਂ ਇੰਝ ਹੀ ਕਰਦੀਆਂ ਨੇ ਕਿ ਮਤਲਬ ਰੋਜ਼ਿਆਂ ਤੋਂ ਪਹਿਲੇ ਹੀ ਹਫ਼ਤਾ ਪਹਿਲੇ ਹੀ ਕੰਮ ਸ਼ੁਰੂ ਕਰ ਦਿੰਦੇ ਕਰਨਾ ਹੈ। ਜ਼ਾਹਰ ਹੈ ਜਿਨ੍ਹਾਂ ਨੇ ਰੋਜ਼ੇ ਰੱਖਣੇ ਨੇ ਕਿ ਫਿਰ ਟਾਈਮ ਥੋੜ੍ਹਾ ਹੁੰਦਾ ਹੈ, ਇਬਾਦਤ ਦਾ ਜ਼ਿਆਦਾ ਟਾਈਮ ਕੱਢਣਾ ਹੁੰਦਾ ਬੰਦੇ ਨੇ, ਅਤੇ ਇਸ ਵਾਸਤੇ ਕਿ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ। ਨਹੀਂ, ਇਬਾਦਤ ਸਿਰਫ ਲਸਣ ਨੇ ਰੋਕਣੀ ਹੈ? ਨਹੀਂ, ਰੋਜ਼ ਕਰਨਾ ਨਾ ਕੰਮ, ਥੋੜ੍ਹਾ ਛੋਟਾ ਵੀ ਹੈ ਜਿੰਨਾ ਵੀ ਉਹ ਟਾਈਮ 'ਤੇ ਲੈਂਦਾ, ਅਤੇ ਦਿਨ ਵੀ ਤੇਰੇ ਸਾਹਮਣੇ ਕਿ ਛੋਟੇ ਨੇ, ਅਤੇ ਇੰਨਾ ਲੰਮਾ ਦਿਨ ਵੀ ਨਹੀਂ ਹੁੰਦਾ, ਅਤੇ ਰੋਜ਼ੇ ਦੇ ਨਾਲ ਫਿਰ ਟਾਈਮ ਬੜੀ ਜਲਦੀ ਗੁਜ਼ਰਦਾ ਹੈ, ਤੇ ਪਤਾ ਨਹੀਂ ਚੱਲਦਾ ਕਿਹੜੇ ਟਾਈਮ ਬੰਦੇ ਨੂੰ ਸ਼ਾਮ ਹੋ ਜਾਂਦੀ, ਫਿਰ ਇਹ ਵੀ ਕਰਨਾ, ਆ ਵੀ ਕਰਨਾ, ਆ ਵੀ ਕਰਨਾ ਵਿੱਚ। ਅੱਛਾ, ਤੇ ਇਹ ਹੁਣ ਪਹਿਲੇ ਹਾਫ ਫੜ ਕੇ ਬਹਿ ਗਏ ਜੇ ਸਾਰੇ ਘਰ ਦੇ ਵਿੱਚ ਸਮੈਲ ਆਣ ਡਈ ਹੁੰਦੀ, ਤੇ ਨਾਸ਼ਤਾ ਬਣਾਇਆ ਪਹਿਲੇ? ਨਾਸ਼ਤਾ ਬਣਾਇਆ ਨਹੀਂ ਹਜੇ, ਠੀਕ ਹੈ, ਤੇ ਨਾਸ਼ਤੇ ਤੋਂ ਪਹਿਲੇ ਇੱਧਰ ਦੇ ਕੰਮ, ਇੱਧਰ ਦੇ ਕੰਮ, ਉੱਤੋਂ 12 ਵਜੇ ਨਾਲੇ ਨਹੀਂ ਜੁੰਮੇ ਦਾ ਟਾਈਮ ਹੈ। ਕੱਪੜੇ ਮੇਰੇ ਪੱਕੇ ਕੋਈ ਨਹੀਂ ਇਸਤਰੀ ਕੀਤੇ ਹੋਣੇ? ਨਾਸ਼ਤਾ ਬਣਾਉਣਾ ਕਿਹਦੇ ਵਾਸਤੇ ਸੀ? ਮੇਰੇ ਲਈ। ਤੂੰ ਤੇ ਸੁੱਤਾ ਸੀ ਤੇ ਨਾਸ਼ਤਾ ਕਿਹਨੇ ਖਾਣਾ ਸੀ? ਤੇ ਮੈਂ ਉੱਠ ਪਿਆ ਹੁਣ, ਮੈਂ ਉੱਠ ਪਿਆ, ਮੈਂ ਐਸ ਜ਼ਿੰਦਾ ਸਦਾ ਸਲਾਮਤ ਤੁਹਾਡੇ ਸਾਹਮਣੇ ਖਲੋਤਾ ਹਾਂ। ਮਾਸ਼ਾਅੱਲਾ, ਹੁਣ ਤੂੰ ਉੱਠ ਗਿਆ ਹੈ ਨਾ, ਉੱਠ ਕੇ ਕੱਪੜੇ ਇਸਤਰੀਕਾਰ ਹੋਣ ਤੇ ਨਹਾ, ਕੱਪੜੇ ਇਸਤਰੀ ਵੀ ਮੈਂ ਹੀ ਕਰਾਂ ਯਾਰ, ਇੱਕ ਮੁੰਡਾ ਜਵਾਨ ਹੋ ਗਿਆ ਹੁਣ ਤੇ ਬਖਸ਼ ਦਿਓ, ਕਿਉਂਕਿ ਸਾਰੀ ਉਮਰ ਦੇ ਕੀਤੇ ਨੇ, ਮੇਰੇ ਕੋਲ ਹੁੰਦੇ ਨਹੀਂ ਕੰਮ ਵਾਲੇ, ਸਾਰੀ ਉਮਰ ਦੇ ਕੀਤੇ, ਜਦ ਨਹੀਂ ਮੈਂ ਆਲੀ, ਥੋੜੇ ਲੇਟ ਆਣੀ ਹੈ, ਤੇ ਫਿਰ ਇਸ ਵਾਸਤੇ ਮੈਂ ਕਿਹਾ ਚਲੋ ਆਪ ਹੀ ਕਰ ਕੁਰ ਲੈਂਦੇ ਆ, ਤੇ ਤਿਆਰੀ ਕਰੋ ਜੁੰਮੇ, ਤੁਸੀਂ ਵੀ ਸਾਰੇ ਆਪਦੇ ਘਰਾਂ 'ਚ ਆਪ ਹੀ ਕਰਦੇ ਜੀ। ਲੋਕੀ ਕਹਿੰਦੇ ਨੇ ਵਿਆਹ ਤੋਂ ਬਾਅਦ ਬੰਦੇ ਨੂੰ ਕੰਮ ਕਰਨੇ ਪੈਂਦੇ ਨੇ, ਸਾਡੇ ਵਿਆਹ ਤੋਂ ਪਹਿਲੇ ਵੀ ਕਰਨੇ ਪੈਂਦੇ ਨੇ। ਮੈਂ ਕਹਿੰਦੀ ਆ ਕਿ ਤੂੰ ਕੱਪੜੇ ਇਸਤਰੀ ਕਰ, ਮੈਂ ਨਾਸ਼ਤਾ ਬਣਾਣੀ ਆ, ਮਿੰਟ ਲੱਗਣਾ ਹੈ, ਠੀਕ ਹੈ, ਚਲੋ ਬਣਾ ਲਈ, ਮੈਂ ਨਾਸ਼ਤਾ ਲਾ ਦਿਆਂਗੇ, ਨਹਾ ਕੇ ਤੂੰ ਨਾਸ਼ਤਾ ਕਰਕੇ ਤੇ ਚਲੋ ਵਿਹਲੇ। ਵਿਹਲੇ ਇੰਨਾ ਸੌਖਾ ਕੰਮ ਨਹੀਂ ਹੈ ਜਿੰਨਾ ਤੁਸੀਂ ਗਣਾ ਦਿੱਤਾ, ਜੇ ਕੱਪੜੇ ਇਸਤਰੀ ਕਰੋ ਠੀਕ ਹੈ, ਬੜਾ ਲੰਬਾ ਕਰਨਾ, ਸੂਟ ਇਸਤਰੀ ਕਰਨਾ ਹੈ ਤੇ ਸੂਟ ਦੇ ਤਾਂ ਕਿੰਨਾ ਟਾਈਮ, 15 ਤੋਂ 20 ਮਿੰਟ ਲੱਗਦੇ, ਜਿੰਨੇ ਵੀ ਕੱਪੜੇ ਇਸਤਰੀ ਕਰਨ ਵਾਲੇ ਨਾ ਸਾਰੇ ਕੱਢ ਕੇ ਬਾਹਰ ਰੱਖ ਦੇ, ਉਹ ਕੁੜੀ ਕੰਮ ਵਾਲੀ ਆਏਗੀ, ਉਹਨੂੰ ਕਹਾਂਗੇ ਅੱਜ ਹੋਰ ਕੋਈ ਕੰਮ ਨਾ ਕਰ, ਅੱਜ ਇਹ ਸਾਡੇ ਕੱਪੜੇ ਇਸਤਰੀ ਕਰਕੇ ਰੱਖ ਦੇ, ਜਿਹੜਾ ਰੋਜ਼ ਨਾ ਕਰਨੇ ਪਏ। ਅੱਜ ਤੇ ਫਿਰ ਕਰਨੇ ਬਾਤ ਹੈ ਨਾ ਫਿਰ? ਨਹੀਂ ਅੱਜ ਦੇ, ਹੁਣ ਤੇ ਕਰਨਾ, ਹੁਣ ਤੇ ਕਰਨੇ ਜ਼ਰੂਰੀ ਨੇ। ਚਲੋ ਦੇਖਦੇ ਹਾਂ, ਹੁਣ ਤੇ ਕਰਨੇ ਹੀ ਕਰਨੇ ਨੇ। ਚਲੋ ਜੀ, ਕੱਪੜੇ ਇਸਤਰੀ ਕਰ ਲਿਓ, ਉਸ ਬਾਅਦ ਮੈਂ ਤੇ ਬਸ 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 ਬਸ। ਚਲੋ ਜੀ, ਹੁਣ ਅਸੀਂ ਕਰਦੇ ਹਾਂ ਕੱਪੜੇ ਇਸਤਰੀ, ਕੱਪੜੇ ਆਪਾਂ ਸੁੱਟ ਲਏ ਨੇ, ਠੀਕ ਹੈ, ਇਹਨਾਂ ਨੂੰ ਪਾਣੀ ਛਾਣੀ ਲਾ ਕੇ, ਠੀਕ ਹੈ, ਇਹਨਾਂ ਨੂੰ ਚੰਗੀ ਜਿਹੀ ਮਾਰਦੇ ਹਾਂ ਪ੍ਰੈਸ, ਉਸ ਤੋਂ ਬਾਅਦ ਫਿਰ ਤੁਹਾਨੂੰ ਪਖਾਨੇ ਨਹਾ ਧੋ ਕੇ ਪਖਾਨੇ ਆ ਕਿ ਨਹਾ ਧੋ ਕੇ, ਮੈਂ ਕਿੱਡਾ ਕੁ ਸੋਹਣਾ ਲੱਗਦਾ। ਲਓ ਜੀ, ਨਹਾ ਧੋ ਕੇ ਆਪਾਂ ਹੋ ਗਿਆ ਰੈਡੀ, ਹੁਣ ਦੱਸੋ, ਪਹਿਲੇ ਤਾਂ ਤੁਸੀਂ ਸੁੱਤੀ ਸ਼ਕਲ ਵੇਖੀ, ਹੁਣ ਦੱਸੋ ਭਰਾ ਕਿੱਦਾਂ ਲੱਗ ਰਿਹਾ? ਲੱਗ ਰਿਹਾ ਫਿਰ ਸਟਾਰ ਹੈ, ਨਾਸ਼ਤਾ ਵੀ ਬਣ ਕੇ ਤਿਆਰ ਹੋ ਗਿਆ, ਠੀਕ ਹੈ। ਚਲੋ ਜੀ, ਹੁਣ ਨਾਸ਼ਤਾ ਕਰੀਏ, ਚਾਹ ਕਿੱਥੇ? ਨਮੂਨਾ ਨਹਾ ਕੇ ਫਿਰ ਵੇਖੋ ਸਟਾਰ ਲੱਗਦਾ ਕਿ ਨਹੀਂ ਲੱਗਦਾ, ਨਹਾ ਕੇ ਮੂੰਹ ਮਾਂ ਚਮਕ ਚਮਕ ਜਾਂਦਾ ਫਿਰ, ਹੈ ਨਹਾ ਕੇ ਵੇਖੋ, ਫਿਰ ਨਹਾ ਕੇ ਬੰਦਾ ਪੂਰੀ ਸੁੱਧ 'ਚ ਆ ਗਿਆ, ਹੁਣ ਜੁੰਮਾ ਸ਼ੁੰਮਾ ਪੜ੍ਹਦੇ ਹਾਂ, ਜੁੰਮਾ ਤੇ ਪਿੰਡ ਜਾ ਕੇ ਪੜ੍ਹਨਾ ਜੀ, ਚਾਹ ਦਿਓ ਮੈਨੂੰ। ਮੈਂ ਕਿਹਾ ਯਾਰ ਪਿੰਡ ਵੀ ਚੱਕਰ ਲਾ ਲਈ ਮਾੜਾ ਜਿਹਾ, ਤੁਸੀਂ ਜਾਣਾ ਤੇ ਦੱਸੋ। ਨਹੀਂ, ਮੈਂ ਤਾਂ ਕੱਲ ਹੋ ਕੇ ਪੇਕਿਆਂ ਤੋਂ। ਚਲੋ ਫਿਰ ਹੁਣ ਮੈਂ ਪਿੰਡੋਂ ਚੱਕਰ ਲਾ ਲਿਆ, ਨਾਲੇ ਫਿਰ ਮੈਂ ਜੁਮਾ ਉੱਥੇ ਜਾ ਕੇ ਪੜਾਂਗਾ, ਨਾਸ਼ਤਾ ਦਿਓ, ਨਾਸ਼ਤਾ ਕਰੀਏ ਤੇ ਫਿਰ ਨਿਕਲੀਏ। 3 ਆਵਰਸ ਲੇਟਰ। ਲੋ ਜੀ, ਆਪਾਂ ਆ ਗਏ ਹੋਏ ਹਾਂ, ਪਿੰਡ ਆਏ ਸੀ ਤੇ ਮੈਂ ਕਿਹਾ ਚਲੋ ਜੀ ਹੁਣ ਮਰੱਬੇ ਦਾ ਵੀ ਕੋਈ ਚੱਕਰ ਲਾ ਲਈਏ, ਮਰੱਬੇ ਆ ਗਏ ਆ ਤੇ ਮਾਸ਼ਾਅੱਲਾ ਜੀ ਹੈ, ਕਣਕ ਚੈੱਕ ਕਰੋ ਸਾਡੀ। ਹਾਂਜੀ ਚੋਰੀ ਸਾਹਿਬ, ਆ ਜਾਓ ਫਿਰ। ਲੋ ਜੀ, ਹੁਣ ਅਸੀਂ ਵੀ ਨਵੀਂ ਵਲੋਗਿੰਗ ਸ਼ੁਰੂ ਕੀਤੀ ਹੈ, ਅਤੇ ਯਾਰ ਆਪਣਾ ਮੈਨੂੰ ਬਹੁਤਾ ਸ਼ਰਮਾ ਰਿਹਾ, ਪਹਿਲੇ ਮੈਨੂੰ ਕਹਿੰਦਾ ਕਿ ਵੀਡੀਓ 'ਚ ਨਹੀਂ ਲੈ ਕੇ ਆਉਣਾ, ਮੈਂ ਕਿਹਾ ਤੈਨੂੰ ਕੀ ਹੈ, ਕਿਉਂ ਵੀਡੀਓ ਤੈਨੂੰ ਚੁੰਨੀਆਂ ਵੜਦੀ,
ਕਹਿੰਦਾ ਨਹੀਂ ਯਾਰ ਮੈਨੂੰ ਸ਼ਰਮ ਆਉਂਦੀ ਹੈ। ਉਹ ਮੈਂ ਕਿਹਾ ਹੁਣ ਤੂੰ ਜਵਾਨ ਬੰਦਾ ਹੋ ਗਿਆ ਠੀਕ ਹੈ, ਮਾਸਟਰ ਕਰ ਲਿਆ 6 ਸਾਲ ਹੋ ਗਏ ਤੈਨੂੰ ਯੂਨੀਵਰਸਿਟੀ ਜਾਂਦੇ ਨੂੰ ਠੀਕ ਹੈ, ਨਾਲ ਤੂੰ ਟੀਚਿੰਗ ਵੀ ਕਰ ਰਿਹਾ ਤਾਂ ਜੇ ਤੈਨੂੰ ਸ਼ਰਮ ਆਉਂਦੀ। ਛੋਰੀ ਇਹ ਕਿਤੇਲਾ ਪੈ ਰਿਹਾ ਕੀ ਹੈ? ਨਹੀਂ ਇਹ ਬੂਰ ਆ। ਲਓ ਜੀ ਕਣਕ ਆਪਣੀ ਜਿਹੜਾ ਨਾ ਇਹ ਦੇਖੋ ਬੂਰ ਝੜਨ ਲੱਗ ਗਿਆ ਮਾਸ਼ਾਅੱਲਾ। ਇਹ ਕਿੱਲਾ ਆਪਣਾ ਚੰਗਾ ਠੀਕ ਹੈ, ਅਤੇ ਇਹ ਅਜੇ ਨਾਲੀ 'ਤੇ ਆਈ ਹੈ। ਅਗਲਾ ਆਪਾਂ ਕਿੱਲਾ ਤੁਹਾਨੂੰ ਦਿਖਾਉਂਦੇ ਹਾਂ। ਕੁਛ ਪੱਠੇ ਪੁੱਠੇ ਗੱਡੇ ਨੇ ਕਿਉਂਕਿ ਆਪਣੇ ਜਾਨਵਰ ਜਾਨਵਰ ਵੀ ਆਏ ਨੇ ਪਿੰਡ ਦੇ ਵਿੱਚ ਰੱਖੇ, ਅਤੇ ਬਾਕੀ ਨਾਲ ਚੋਰੀ ਜੰਮੂ ਨੂੰ ਬੂਰ ਲੱਗ ਗਿਆ ਹੈਗਾ ਕੋਈ ਨਹੀਂ। ਅਜੇ ਪਹਿਲੇ ਨਜ਼ਾਰਾ ਚੈੱਕ ਕਰੋ ਪਿੰਡ ਦਾ ਮਾਸ਼ਾਅੱਲਾ ਜੀ। ਸੂਰਜ ਜਿਹੜਾ ਢਲਦਾ ਪਿਆ, ਸ਼ਾਮ ਹੋ ਰਹੀ ਹੈ ਠੀਕ ਹੈ। ਆਹ ਹਾ 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 ਸੂਰਜ ਚੈੱਕ ਕਰੋ ਤੁਸੀਂ, ਲਸ਼ਕਾਂ ਮਾਰ ਰਿਹਾ ਕਿਵੇਂ ਰੈੱਡ ਕਲਰ ਦੀਆਂ ਠੀਕ, ਉੱਤੋਂ ਹਰਿਆਲੀ। ਇੱਥੋਂ ਕੁ ਚੈੱਕ ਕਰੋ ਸੀਨ, ਇਹ ਹੈ ਜੀ ਪੰਜਾਬ ਦੀ ਖੂਬਸੂਰਤੀ। ਚੈੱਕ ਕਰੋ ਤੁਸੀਂ ਕਿਵੇਂ ਗ੍ਰੀਨਰੀ ਆ ਹਰ ਪਾਸੇ। ਮੈਂ ਪਿੰਡ ਆਇਆ ਸੀ ਅਤੇ ਕਹਿੰਦੇ ਚਲੋ ਜੀ ਅਮਰੂਦ ਖਾ ਲਈਓ, ਕੋਈ ਰੱਬੇ ਗੇੜਾ ਮਾਰ ਲਈਏ। ਸੋਰੀ ਇਹ ਤਾਂ ਕਣਕ ਜਿਹੜੀ ਮਾਠੀ ਲੱਗਦੀ ਪਈ ਹੈ, ਹੋ ਜਾਏਗੀ ਠੀਕ। ਇਹ ਕਣਕ ਮਾੜੀ ਵਿਰਲੀ ਹੈ ਚੋਰੀ, ਧਿਆਨ ਨਾਲ ਵੱਟ ਤੋਂ ਡੇ ਕੇ ਆਪਣੇ ਦੋਵਾਂ ਦਾ ਪਟਾਕਾ ਹੀ ਪੈਣਾ, ਤੇਰਾ ਪਵੇ ਨਾ ਪਵੇ ਮੇਰਾ ਪੈ ਜਾਣਾ, ਕਿਉਂਕਿ ਮੈਂ ਜਿਹੜਾ ਨਾ ਬਹਿ ਬਹਿ ਕੇ ਕੰਮ ਬਰੈਲਰ ਵੀ ਹੋਇਆ ਪਿਆ। ਬਰੈਲਰ ਕਿ ਬਲੈਲਰ? ਬਰਾਇਲਰ ਨਹੀਂ ਪੰਜਾਬੀ ਵਾਲਾ ਕੀ ਹੁੰਦਾ? ਬਰੈਲਰ। ਅੱਛਾ ਇਹ ਆਪਾਂ ਬਾਗ 'ਚ ਆ ਗਏ ਹਾਂ ਜੀ। ਇਹ ਆਪਣਾ ਇਹ ਗ੍ਰੈਫਰੂਟਰਾਂ ਦੇ ਬੂਟੇ ਨੇ, ਦੁਬਾਰਾ ਬੂਰ ਕੱਢ ਰਹੇ ਨੇ, ਚੈੱਕ ਕਰੋ ਇਹਨੇ ਕਲੀਆਂ ਵਾਂਗ ਫੁੱਲ ਕੱਢੇ ਨੇ, ਕਿਹਾ ਮਹਿਕ ਇਹਨਾਂ ਦੀ ਮਾਸ਼ਾਅੱਲਾ। ਜ਼ਿਮੀਂਦਾਰਾਂ ਬੰਦਿਆਂ ਨੂੰ ਪਤਾ ਹੋਣਾ ਫਿਰ, ਕੋਈ ਇੱਕ ਕਣਕ ਛਿੱਟੇ 'ਤੇ ਆਈ ਹੋਵੇ ਉੱਤੋਂ ਠੀਕ ਹੈ, ਅਤੇ ਉੱਤੋਂ ਫਿਰ ਤੁਸੀਂ ਬਾਗ 'ਚ ਖਲੋਤੇ ਹੋਵੇ ਅਤੇ ਬਾਗ ਜਦੋਂ ਫਲ ਕੱਢਦਾ ਪਿਆ ਹੋਵੇ, ਆਹ ਇਹ ਖੁਸ਼ਬੋ ਨਿਰਾਲੀ ਹੁੰਦੀ ਹੈ। ਉੱਤੋਂ ਜਿਹੜੀ ਆਪਣੀ ਸਰੋਂ ਵਢੀਚ ਰਹੀ ਹੈ ਠੀਕ ਹੈ। ਚਾਚਾ ਇੱਧਰ ਦਾਤਰੀ ਅਤੇ ਦਾਤੀ ਮਾਰੀ ਜਾ ਰਿਹਾ। ਚਾਚਾ ਕੀ ਹਾਲ ਨੇ? ਸ਼ੁਕਰ ਅੱਲਾ। ਕੋਈ ਸਲਾਮ ਦੁਆ ਲਓ, ਕੋਈ ਗੱਲਬਾਤ ਦੱਸੋ ਬੰਦਿਆਂ ਨੂੰ। ਹਾਂਜੀ ਸਾਰੀਆਂ ਬਣਾ ਕੇ ਸਰੋਂ ਦੀ ਬਣਾਉਣ ਡਿਆ ਸੀ, ਮੈਂ ਕਿਹਾ ਸਰੋਂ ਬਣਾਉਂਦਾ ਬਣਾਉਂਦਾ ਚਾਚਾ ਵਰਦਾ ਵਰਦਾ ਪਤਾ ਨਹੀਂ ਕਿਤੇ ਮੁੰਡਾ ਇੱਕ ਜਹਾਜ਼ ਲੈ ਕੇ ਆਇਆ ਸੀ। ਕਿੰਦਾ ਮੁੰਡਾ? ਇਹ ਮੈਨੂੰ ਕਹਿੰਦਾ ਫਿਲਮ ਬਣਾਉਂਦੇ, ਮੈਂ ਪਤਾ ਨਹੀਂ ਜਹਾਜ਼ ਲੈ ਕੇ ਆਇਆ। ਉਹ ਨਹੀਂ ਉਹ ਜਹਾਜ਼ ਜਿਹਦੇ ਉਹਦੇ 'ਚ ਫਿਲਮ ਬਣਾਉਂਦੇ, ਉਹ ਡਰੋਨ ਸ਼ੂਟ ਲੈਂਦੇ ਹੋਣੇ ਨੇ, ਉਹ ਡਾ ਕੇ ਨਾ ਤਾਂ ਉਹਨੂੰ ਕੈਮਰਾ ਡਾਲਣਾ। ਹਾਂ ਤਾਂ ਉਹਨੂੰ ਡਾਲਣ ਵਾਲਾ, ਅਤੇ ਉਹਨੂੰ ਕੋਈ ਵੱਟਾ ਵੱਟਾ ਮਾਰ ਕੇ ਥੱਲੇ ਸੁੱਟ ਲੈਣਾ ਸੀ, ਫੜ ਲੈਂਦੇ ਉਹਨੂੰ ਆਪਾਂ ਕੱਲ੍ਹ ਨੂੰ ਅੰਦਰ ਬਣਾਉਂਦੇ। ਚੜਿਆ ਹੀ ਨਹੀਂ ਇਹ ਬੂਟਾ ਵੇਖੋ ਜੀ ਮਾਸ਼ਾਅੱਲਾ, ਉਹਨੇ ਉਹਨੂੰ ਪਤਾ ਨਹੀਂ ਜਿੰਨੇ ਅਮਰੂਦ ਲੱਗੇ ਨੇ, ਬੂਟਾ ਤੁੰਨਿਆ ਪਿਆ ਖੀਰ ਹੋਈ ਪਈ ਮਾਸ਼ਾਅੱਲਾ। ਹਾਂ ਚੋਰੀ ਦੇ ਮਿੱਠੇ ਕੋਈ ਤੋੜ ਹੈ ਗਿਆ ਉਹ ਪੱਤੇ ਦੇ ਪਿੱਛੇ, ਤੇ ਉਹ ਤੇਰੇ ਸਿਰ ਦੇ ਸਾਹਮਣੇ? ਨਹੀਂ ਪਿਛਲੇ ਪੱਤੇ ਦੇ ਪਿੱਛੇ, ਨਹੀਂ ਇੱਧਰ ਇੱਧਰ ਉਹ ਸਿਡਨ ਪਿੱਛੇ ਵੀ ਮਾੜਾ ਜਿਹਾ। ਹਾਂ ਹਾਂ ਉੱਗਾ ਅਗਲਾ 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 ਅੱਗੇ ਅੱਗੇ ਯਾਰ ਉੱਥੇ ਪੱਤੇ ਦੇ ਕੋਲ। 6 hours later. ਅਸਲਾਮੁ ਅਲੈਕਮ, ਕੀ ਹਾਲ ਨੇ? ਠੀਕ ਹੋ? ਨਹੀਂ ਤੇ ਹੁਣ ਐਸੇ ਟਾਈਮ, ਮੈਂ ਤੁਹਾਨੂੰ ਕਿਹਾ ਸੀ ਮੈਂ 3-4 ਘੰਟੇ ਲੈ ਜਾਣਾ। ਟਾਈਮ ਵੇਖ ਨਾ ਸਰ, ਮਾ ਟਾਈਮ ਆ ਲੈ, ਤੈਨੂੰ ਅਕਲ ਹੋਣੀ ਚਾਹੀਦੀ ਆ। ਟਾਈਮ ਹੈ ਘਰ ਆਉਂਦਾ 2 ਰਾਤ ਕਿਵੇਂ ਗਏ? 10 ਵਜੇ 10 ਵਜੇ ਨਹੀਂ ਆ, ਟਾਈਮ ਹੈ 10 ਵਜੇ ਆਉਂਦਾ। ਤੇ 10 ਵਜੇ ਕੀ ਆਉਂਦਾ ਅੱਗੇ ਵੀ? ਗੱਲ ਕਰਨ ਦੀ, ਮੈਂ ਜਿਮ ਤੋਂ ਵੀ 11 ਵਜੇ ਮੈਂ 9 ਵਜੇ ਘਰ ਹੋਵਾਂਗਾ, ਤੂੰ ਹੁਣ ਕਿਤੇ 10 ਵਜ ਗਏ ਤੇ ਮੈਂ ਜਿਮ ਤੋਂ ਵੀ 11 ਵਜੇ ਆਉਣਾ ਅੱਗੇ। ਹੁਣ ਪਿੰਡ ਗਿਆ ਕਿਉਂ ਇਹਨਾਂ ਨੂੰ, ਮੈਨੂੰ ਪਰੇਸ਼ਾਨ ਕਰ ਰੱਖਦਾ ਹੈ। ਹੁਣ ਨੈਟਵਰਕ ਨਹੀਂ ਚੱਲ ਰਿਹਾ ਅੱਜ ਤੇ ਮੇਰਾ ਜਿੰਦ ਚ ਕੀ ਕਸੂਰ ਹੈ? ਮੇਰੀ ਅੱਜ ਤੋਂ ਸੋਨਾ ਗੱਲ। ਹਾਂਜੀ ਹਾਂਜੀ ਸੁਣਾਓ ਸੁਣਾਓ। 6 ਵਜੇ ਜਾਣਾ ਕਰਨਾ ਹੈ, 8 ਵਜੇ ਘਰ ਆਉਣਾ ਕਰਨਾ ਹੈ, ਤੇ ਉਸ ਤੋਂ ਬਾਅਦ ਮੈਂ ਬਾਹਰ ਨਹੀਂ ਜਾਣ ਦੇਣਾ ਕਰਨਾ। ਹਜੇ ਮੈਂ ਨਵਾਂ ਨਵਾਂ ਜਾਣ ਲੱਗਿਆ, ਇਹ ਜਿਹੜਾ ਢਿੱਡ ਨਾ ਇਹ ਨਿੱਕਾ ਕਰਨ ਲਈ ਮੈਨੂੰ ਟ੍ਰੇਨਰ ਚਾਹੀਦਾ, ਮੈਨੂੰ ਚਾਹੀਦਾ ਟ੍ਰੇਨਰ, ਤੇ ਟ੍ਰੇਨਰ ਮੇਰਾ 8 ਵਜੇ ਆਉਂਦਾ ਠੀਕ ਹੈ। ਬੱਕਰੇ ਛੱਟੇ ਖਾਣਾ ਹੈ ਨਾ, ਕੱਟੇ ਛੱਟੇ ਪਾ ਕੇ ਆਣਾ ਮਾਂ ਕੋ ਜਾਣਾ, ਵੱਡੀ ਮਾਂ ਕੋ ਉਹ ਤੈਨੂੰ ਖਵਾਉਂਦੀ। ਕਿੱਥੇ ਜਾਣਾ ਕਿੱਥੇ ਜਾਣਾ ਦੁਬਾਰਾ ਦੱਸੇ? ਵੱਡੀ ਮਾਂ ਕੋਲ ਉਹ ਖਾਂਦੀ ਹੈ ਕੱਟੇ? ਵੱਡੀ ਮਾਂ ਸੁਣ ਰਹੀ ਹੈ, ਨਿੱਕੀ ਮਾਂ ਕਹਿੰਦੀ ਹੈ, ਨਿੱਕੀ ਮਾਂ ਕਹਿੰਦੀ ਹੈ ਕਿ ਵੱਡੀ ਮਾਂ ਤੈਨੂੰ ਖਵਾਉਂਦੀ ਕੱਟੇ। ਉਹਨਾਂ ਨੇ ਕਿਹਾ ਸੀ, ਨਿੱਕੀ ਮਾਂ ਨੂੰ ਲੈ ਜਾ, ਮੈਂ ਕਿਹਾ ਅੱਗੇ ਲੋਕਾਂ ਦੇ ਕਮੈਂਟ ਆਏ ਨੇ। ਨਹੀਂ ਨਹੀਂ ਤੇ ਹੁਣ ਮੈਂ ਫਿਰ ਤੁਹਾਡੇ ਲਈ ਅਸੀਂ ਲੈ ਕੇ, ਮੈਂ ਕਿਹਾ ਤੁਹਾਡਾ ਤਜੁਰਬਾ ਕਿਸੇ ਵਾਲਾ ਜਿਹਾ ਸੀ, ਘਰ ਨਹੀਂ ਵੜਨ ਦੇਣਾ ਨਾ, ਕੱਟੇ ਨੂੰ ਘਰ ਨਹੀਂ ਵੜਨ ਦੇਣੀ। ਹੁਣ ਸੁਬਾ ਵੜੇਗਾ, ਹੁਣ ਕੱਟਾ ਸੁਬਾ ਮੈਂ ਕਹਿੰਦਾ ਜ਼ਿੰਦਾ ਕੱਟਾ ਲੈ ਕੇ ਆਣਾ, ਮੈਂ ਜ਼ਿੰਦਾ ਕੱਟਾ ਲੈ ਕੇ ਰਹਿਣਾ, ਮੈਂ ਜ਼ਿੰਦਾ ਕੱਟਾ ਲੈਣਾ ਉੱਥੇ ਲੈ ਜਾਈ। ਨਹੀਂ 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 ਆਪ ਮੈਂ ਨਹੀਂ ਖਾਣਾ, ਆਪਣਾ ਉੱਤੇ ਵਾਲਾ ਪੋਰਸ਼ਨ ਖਾਲੀ ਪਿਆ ਨਾ, ਆਪਾਂ ਇੰਜ ਕਰਦੇ ਹਾਂ ਕੱਟਾ ਉੱਤੇ ਸ਼ਿਫਟ ਕਰਦੇ ਨੇ। ਉਹ ਕੱਟਾ ਵੇਖ ਕੇ ਮੈਨੂੰ ਤਾਂ ਵਕੀਲ ਦਰਦ ਹੋਣ ਲੱਗ ਜਾਂਦੇ। ਨਹੀਂ ਇੰਡੀਆ 'ਚ ਦਾਦੇ ਪੜਦਾਦੇ ਆਪਣੇ ਜਿਹੜੇ ਨਾ ਸ਼ੁਰੂ ਤੋਂ ਜ਼ਿਮੀਂਦਾਰ ਬੰਦੇ ਆ ਠੀਕ ਹੈ, ਜ਼ਮੀਨ ਬੰਨੇ ਵਾਲੇ, ਕੀ ਜ਼ਮੀਨ ਵੱਟ ਵਾਲੇ, ਜ਼ਮੀਨ ਬੰਨੇ ਵਾਲੇ, ਹਾਂ ਵੱਟ ਬੰਨੇ ਵਾਲੇ ਬੰਦੇ ਸ਼ੁਰੂ ਤੋਂ ਠੀਕ ਹੈ। ਕੱਟਾ ਹੀ ਖਾਂਦੇ ਸੀ, ਹੁਣ ਵੀ ਖਾਂਦੇ ਨੇ, ਲੇਕਿਨ ਜਿਹਨੂੰ ਨਹੀਂ ਮਾਫਕ
ਜਿਹਨੂੰ ਡਾਕਟਰ ਨੇ ਮਨਾ ਕੀਤਾ ਹੈ ਵੈਸੇ ਜਿਹਨੂੰ ਪਰੇਸ਼ਾਨੀ ਹੁੰਦੀ ਖਾਣ ਦੀ ਨਹੀਂ ਤੁਸੀਂ ਤੁਸੀਂ ਕਿਹਾ ਕੱਟਾ ਨਹੀਂ ਵੜਨ ਦੇਣਾ ਸਵੇਰੇ ਕੱਟਾ ਇਸ ਘਰ ਚ ਆਏਗਾ ਤੇ ਆਏਗਾ ਸਬੂਤਾ ਕੱਟਾ ਜ਼ਿੰਦਾ ਕੱਟਾ ਆਏਗਾ ਇਸ ਘਰੇ ਮੈਂ ਕਹਿੰਦਾ ਜ਼ਿੰਦਾ ਕੱਟਾ ਉਤਲੇ ਪੋਰਸ਼ਨ ਤੇ ਰਹੇਗਾ ਨਹੀਂ ਦੇਣਾ ਮੈਂ ਉਤਲੇ ਪੋਰਸ਼ਨ ਤੇ ਰਹੇਗਾ ਕੱਟਾ ਉਤਲੇ ਪੋਰਸ਼ਨ ਤੇ ਮੈਂ ਵੇਖਦਾ ਸਵੇਰੇ ਕਰੇਨ ਲਾ ਕੇ ਉਹ ਮੈਂ ਬਾਹਰੋਂ ਜਿਹੜੀ ਉਹ ਹੈ ਖਿੜਕੀ ਲੱਗੀ ਨਾ ਬਾਹਰ ਵਾਲੇ ਕਮਰੇ ਨੂੰ ਉਹ ਢਾ ਕੇ ਉੱਥੇ ਬਣਾਉਣਾ ਦਰਵਾਜ਼ਾ ਕੱਟਾ ਉੱਥੋਂ ਦੇ ਲੰਘੇਗਾ ਕਰੇਨ ਦੇ ਨਾਲ ਤੇ ਕੁਰਬਾਨੀ ਵਾਲਾ ਕੱਟਾ ਇੱਥੇ ਹੁਣ 2 ਮਹੀਨੇ 3 ਮਹੀਨੇ 3 ਮਹੀਨੇ ਇੱਥੇ ਸਮੇਗਾ ਕੱਟਾ ਤੇਰਾ ਤੋਂ ਦੂਰ ਰਹਿ ਜਾਣਾ ਕਿਉਂ ਜਾ ਪਰੇ ਕੰਮ ਕਰ ਸਵੇਰੇ ਲੱਗੇਗਾ ਕਿਉਂ ਕੱਟੇ ਵਾਲਾ ਤੂੰ ਇਹ ਮੈਂ ਕਹਿੰਦਾ ਕੱਟਾ ਹੁਣ ਥੱਲੇ ਮੂੰਹ ਕਰਕੇ ਸੁਣਦਾ ਕੀ ਧੋਖਾ ਨਹੀਂ ਇਹ ਕੀ ਧੋਖਾ ਮੈਂ ਜਿਸ ਟਾਈਮ ਗਿਆ ਨਾ ਪਿੰਡ ਮੈਂ ਪਿੰਡ ਗਿਆ ਵਾ ਠੀਕ ਹੈ ਤੇ ਉਮਰਾਨ ਨੇ ਜਾਣਾ ਸੀਗਾ ਬਾਜ਼ਾਰ ਆਉਣਾ ਸੀ ਉਹਦੀ ਮੋਟਰਸਾਈਕਲ ਹੋ ਗਈ ਪੈਂਚਰ ਤੇ ਉਹ ਸਾਹਿਬ ਜੀ ਨੇ ਪੈਂਚਰ ਨਹੀਂ ਲਵਾਇਆ ਉਹ ਮੇਰੀ ਮੋਟਰਸਾਈਕਲ ਲੈ ਕੇ ਆ ਗਿਆ ਉਹ ਮੇਰੀ ਮੋਟਰਸਾਈਕਲ ਲੈ ਕੇ ਆ ਗਏ ਤੇ ਹੁਣ ਉਮਰਾਨ ਨੇ ਵਾਪਸ ਜਾਣਾ ਸੀ ਤੇ ਮੈਂ ਫਿਰ ਆਉਣਾ ਸੀ ਉਮਰਾਨ ਵਾਪਸ ਗਿਆ ਘਰ ਤੇ ਹੁਣ ਮੈਂ ਦੁਬਾਰਾ ਫਿਰ ਮੋਟਰਸਾਈਕਲ ਲੈ ਕੇ ਆਇਆ ਐਵੇਂ ਦੀਆਂ ਗਲਤੀਆਂ ਨਾ ਕਰਿਆ ਕਰੋ ਤਸਵੀਰ ਕੀ ਹੈ ਮੇਰੀ ਤਸਵੀਰ ਧਾਗਾ ਟੁੱਟ ਗਿਆ ਇਹ ਤਸਵੀਰ ਕਿਸੇ ਸਪੈਸ਼ਲ ਬੰਦੇ ਨੇ ਦਿੱਤੀ ਸੀ ਯਾਦ ਹਾਂਜੀ ਹਾਂ ਪੱਕੀ ਗੱਲ ਹੈ ਪੱਕੀ ਜੇ ਸਪੈਸ਼ਲ ਬੰਦਾ ਵੀਡੀਓ ਵੇਖ ਰਿਹਾ ਨਾ ਸਪੈਸ਼ਲ ਬੰਦਾ ਥੱਲੇ ਦਿਲ ਘਾਲ ਦਿਓ ਫੁੱਲ ਪਾ ਦੇਣਾ ਤੁਹਾਡੀ ਤਸਵੀਰ ਆ ਗਈ ਪਹਿਲੇ ਵਲੌਗ ਦੇ ਅੰਦਰ ਹੀ ਦੋਸਤੋ ਹੁਣ ਇਹ ਨਾ ਕਿਹਾ ਜੀ ਕਿ ਸਾਡੇ ਘਰ 'ਚ ਖਲਾਰਾ ਖਲੂਰਾ ਪਿਆ ਕਿਉਂ ਸਾਡਾ ਘਰ ਟੋਟਲੀ ਨਿਕਾ ਜਿਹਾ ਪਹਿਚਾਣ ਸਕਦਾ ਹੈ ਜਿਸਨੇ ਪਿਆਰ ਮੁਹੱਬਤਰਾ ਲਿਆ ਛੋਟੀ ਜਿਹੀ ਸਾਡਾ ਘਰ ਇਹ ਟੋਟਲੀ ਨਿਕਾ ਜਿਹਾ ਠੀਕ ਹੈ ਤੇ ਇਸ ਵਜ੍ਹਾ ਤੋਂ ਤੁਹਾਨੂੰ ਇੱਥੇ ਹੀ ਸਾਰਾ ਨਜ਼ਰ ਆਣਾ ਹੈ ਨਾ ਹੋਵੇ ਹੁਣ ਲੋਕ ਕਮੈਂਟ ਕਰਨ ਲੱਗ ਜਾਂਦੇ ਜੀ ਕਿ ਦਿਮਾਗ ਮੈਂ ਦੇਖਣਾ ਹੈ ਕਿ ਤੇਜ਼ ਕਿੰਨਾ ਹੋਏ ਕਿ ਮੈਨੂੰ ਦੱਸ ਸਕਦਾ ਕਿ ਮੈਂ ਕਦੋਂ ਇਹ ਡਿਊਟੀ ਕੀਤੀ ਸੀ ਕਿਹਦਾ ਦਿਮਾਗ ਜਿਹਨੇ ਇਹ ਤਸਵੀਰ ਇਹ ਜਿਹਨੇ ਤੁਹਾਨੂੰ ਤਸਵੀਰ ਗਿਫਟ ਕੀਤੀ ਸੀ ਨਾ ਹਾਂਜੀ ਉਹਨੂੰ ਭਾਵੇਂ ਦਿਮਾਗ ਕੁੱਕੜੀ ਜਿੱਡਾ ਹੋਵੇ ਪਰ ਉਹਨੂੰ ਪਤਾ ਚੱਲ ਜਾਏਗਾ ਨਾ ਉਹਨੂੰ ਯਾਦ ਹੈ ਤੇ ਫਿਰ ਉਹ ਦੱਸੇਗਾ ਕਿ ਮੈਂ ਇਹ ਤਸਵੀਰ ਦਿੱਤੀ ਸੀ ਹੁਣ ਕੁਛ ਖਵਾ ਦਿਓ ਕਿ ਹੁਣ ਸਾਰਾ ਕੰਮ ਗੱਲਾਂ ਨਾਲ ਹੀ ਸਾਰਨਾ ਖਵਾਣਾ ਤੂੰ ਹੀ ਖਵਾਣਾ ਹੈ ਮੈਂ ਤਾਂ ਬੈਠੀ ਨਹੀਂ ਬਸ ਮੇਰੀ ਹੁਣ ਮੈਂ ਨਹੀਂ ਉੱਠਣਾ ਮੈਂ ਇੰਤਜ਼ਾਰ ਕਰ ਕਰ ਕੇ ਬਹਿ ਗਈ ਤੇਰੇ ਇੰਤਜ਼ਾਰ ਨੂੰ ਮੈਂ ਨਹੀਂ ਕੁਛ ਵੀ ਕਰ ਸਕਦੀ ਬਸ ਉਹਨੇ ਮੈਂ ਕੁਛ ਵੀ ਕਰਨਾ ਕੋਈ ਚਾਹ ਚੂ ਪਿਆ ਦੇ ਤੇ ਨਾਲ ਦਵਾਈ ਦੂਈ ਕਰ ਆਪੇ ਕਰਨਾ ਵਾ ਤੂੰ ਦਵਾਈ ਹੈ ਦਵਾਈਆਂ ਉਹ ਪਈਆਂ ਸਾਰਾ ਕੁਛ ਮੈਨੂੰ ਨਹੀਂ ਪਤਾ ਕਿਹੜੀ ਦਵਾਈ ਨਹੀਂ ਦਵਾਈ ਉਹ ਨਹੀਂ ਖਾਣੀ ਹੁਣ ਤੂੰ ਉਹ ਕਹਿੰਦਾ ਮੈਂ ਢਿੱਡ ਵੱਡਾ ਹੋ ਗਿਆ ਉਹ ਕਹਿੰਦਾ ਮੈਂ ਦਵਾਈਆਂ ਖਾਣਾ ਨਹੀਂ ਉਹ ਦਵਾਈ ਤੋਂ ਬਿਨਾ ਫਿਰ ਨਹੀਂ ਗੁਜ਼ਾਰਾ ਹੁੰਦਾ ਨਾ ਹੁਣ ਤੁਹਾਨੂੰ ਪਤਾ ਹੈ ਦਵਾਈ ਕਿਹੜੀ ਮੰਗਦਾ ਪਿਆ ਨਹੀਂ ਨਹੀਂ ਦਵਾਈ ਦੱਸ ਇੰਜ ਨਹੀਂ ਦੱਸਣਾ ਦਵਾਈ ਕਿਹੜੀ ਸਾਡੀ ਦਵਾਈ ਇੱਕ ਹੋਰ ਹੈ ਕਿਹੜੀ ਦਵਾਈ ਦਵਾਈ ਚਸਕਿਆਂ ਵਾਲੀ ਮੰਗਦਾ ਹੋਰ ਮੈਨੂੰ ਪਤਾ ਹੈ ਸਾਡੀ ਭਾਵੇਂ ਦਵਾਈ ਜਿਹੜੀ ਹੈ ਨਾ ਅਸੀਂ ਤੁਹਾਨੂੰ ਕਿਸੇ ਵੀਡੀਓ 'ਚ ਦਿਖਾਵਾਂਗੇ ਉਹ ਤੁਹਾਨੂੰ ਆਪੇ ਪਤਾ ਲੱਗ ਜਾਣਾ ਕਿ ਨਹੀਂ ਦਵਾਈ ਕਿਹੜੀ ਹੈ ਠੀਕ ਹੈ ਉਹ ਦਵਾਈ ਤੋਂ ਬਿਨਾਂ ਜਿਹੜਾ ਨਾ ਜ਼ਿੰਦਗੀ ਅਧੂਰੀ ਹੈ ਜਿਵੇਂ ਕਹਿੰਦੇ ਨੇ ਨਾ ਕਿ ਚਾਹ ਇੱਕ ਨਸ਼ਾ ਹੈ ਠੀਕ ਹੈ ਅਤੇ ਉਹ ਕੀ ਇੱਕ ਡਾਇਲੋਗ ਜਿਹਾ ਮਸ਼ਹੂਰ ਹੈ ਪਤਾ ਨਹੀਂ ਕਿਹੜਾ ਜਿਹੜਾ ਵੀ ਹੈਗਾ ਲੇਕਿਨ ਦਵਾਈ ਜਿਹੜੀ ਨਾ ਸਾਡੀ ਚਾਹ ਦੇ ਨਾਲ ਚਾਹ ਤਾਂ ਇੱਕ ਹੈ ਹੀ ਹੈ ਚਾਹ ਦੇ ਨਾਲ ਇੱਕ ਵੱਖਰੀ ਦਵਾਈ ਹੈ ਦਵਾਈ ਨਾ ਖਾਣ ਤੇ ਜੀਂਦੇ ਨਹੀਂ ਕੀ ਉਹ ਦਵਾਈ ਨਾ ਖਾਣ ਤੇ ਖਾਣਦਾਨ ਜੀਂਦਾ ਹੀ ਨਹੀਂ ਦਵਾਈ ਤੋਂ ਬਿਨਾਂ ਫਿਰ ਕਾਹਦੀ ਜ਼ਿੰਦਗੀ ਦਵਾਈ ਤੋਂ ਬਿਨਾਂ ਤਾਂ ਕੋਈ ਜ਼ਿੰਦਗੀ ਨਹੀਂ ਨਾ ਹੈ ਹੁਣ ਮੈਨੂੰ ਦੱਸੋ ਤੁਸੀਂ ਕਿ ਜੇ ਵਾਕਈ ਰੋਟੀ ਨਹੀਂ ਖਾਧੀ ਤਾਂ ਦੱਸੋ ਮੈਂ ਕੁਛ ਲਿਆ ਦਾਂ ਨਹੀਂ ਮੈਂ ਰੋਟੀ ਖਾ ਲਈ ਸੀ ਖਾ ਲਈ ਪੱਕੀ ਗੱਲ ਹੋਰ ਤੁਸੀਂ ਕੀ ਖਾਧਾ ਹੁਣ ਤੁਸੀਂ ਬੱਕਰਾ ਖਾਧਾ ਹੋਇਆ ਕੱਟਾ ਖਾਧਾ ਹੈ ਦੇ ਕੱਟੇ ਦੀ ਗੱਲ ਆ ਰਹੀ ਹੈ ਕੱਟਾ ਖਾਧਾ ਤੈਨੂੰ ਪਤਾ ਕੱਟਾ ਨਹੀਂ ਖਾਧੀ ਤੇਰੀ ਮਾਂ ਕੁਛ ਤਾਂ ਕੁਛ ਖਾਧਾ ਹੋਏਗਾ ਫਿਰ ਹੁਣ ਕੱਟਾ ਨਹੀਂ ਖਾਧਾ ਬੱਕਰਾ ਵੀ ਨਹੀਂ ਖਾਧਾ ਹੁਣ ਇੱਕ ਨਾ ਇੱਕ ਸ਼ਾਇਦ ਫਿਰ ਖਾਧੀ ਹੋਏਗੀ ਜੇ ਕੱਟਾ ਨਹੀਂ ਖਾਧਾ ਬੱਕਰਾ ਨਹੀਂ ਖਾਧਾ ਫਿਰ ਯਾ ਕੱਦੂ ਖਾ ਕੱਦੂ ਖਾਧੇ ਤੇ ਯਾ ਸ਼ਲਜਮ ਖਾਧੇ ਮੈਂ ਸ਼ਲਜਮ ਖਾਧੇ ਆ ਜੀ ਐ ਜੱਟਾ ਜੀ ਐ ਖੁਸ਼ ਕੀਤਾ ਜੀ ਜ਼ਿਮੀਦਾਰ ਜਮ ਸ਼ਲਜਮ ਸ਼ੌਗਰ ਖਾਂਦੇ ਸ਼ਲਜਮ ਖਾਂਦੇ ਪੈਨ ਸ਼ਲਜਮ ਇੱਕ ਤੇ ਮੇਰਾ ਮੋਢਾ ਆਕੜ ਗਿਆ ਹਾਏ 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 ਪਹਿਲਾ ਪਹਿਲਾ ਦਿਨ ਹੈ ਪਹਿਲਾ ਪਹਿਲਾ ਵਲੌਗ ਹੈ ਪਹਿਲਾ ਪਹਿਲਾ ਵਲੌਗ ਉਹ ਬਾਹ ਫੜ ਫੜ ਕੇ ਉਹ ਬਾਹ ਮੱਤ ਮਾਰੀ ਗਈ ਇੱਕ ਤੇ ਮੇਰੀ ਫੋਨ ਫੜ ਫੜ ਕੇ ਬਾਹ ਆਕੜ ਜਾਂਦੀ ਬਾਹ ਫੜ ਫੜ ਕੇ ਫੋਨ ਆਕੜ ਜਾਂਦਾ ਮੈਂ ਕਹਿੰਦਾ ਸਪਰਿੰਗ ਮੈਂ ਕੀਤਾ ਰਾਬਤਾ ਠੀਕ ਹੈ ਅਤੇ ਜਿਹੜਾ ਹੈ ਨਾ ਸਪਰਿੰਗ ਪਵਾਉਣਾ ਨਾਲ ਤੁਹਾਡੇ ਗੋਡਿਆਂ ਦੇ ਪਵਾਉਣੇ ਨੇ ਆਪਦੇ ਮੈਂ ਮੋਢੇ ਦਾ ਪਵਾਉਣਾ ਚਲੋ ਠੀਕ ਹੈ ਜੀ ਅੱਜ ਦਾ ਵਲੌਗ ਸਾਡਾ ਪਹਿਲਾ ਵਲੌਗ ਹੋਇਆ ਐਂਡ ਠੀਕ ਹੈ ਹੁਣ ਸਾਡੇ ਤੁਸੀਂ ਅਗਰ ਤੁਹਾਨੂੰ ਸਾਡਾ ਵਲੌਗ ਅੱਛਾ ਲੱਗਾ ਤਾਂ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਨਹੀਂ ਭੁੱਲਣਾ ਅਤੇ ਵਾਹਵਾ ਤੋਂ ਵਾਹਵਾ ਜਿੰਨਾ ਜ਼ਿਆਦਾ ਤੁਹਾਨੂੰ ਸਬਸਕ੍ਰਾਈਬ ਕੀਤਾ ਜਾਂਦਾ ਉਨਾ ਜ਼ਿਆਦਾ ਕਰੋ ਜਿੰਨੀ ਤੁਸੀਂ ਪਿਆਰ ਮੁਹੱਬਤ ਸਾਨੂੰ ਟਿਕਟੋਕ 'ਤੇ ਦਿਖਾਈ ਹੈ ਨਾ ਉਸੇ ਤਰ੍ਹਾਂ ਪਿਆਰ ਮੁਹੱਬਤ ਇੱਥੇ ਦਿਖਾਓ ਇਨਸ਼ਾਅੱਲਾ ਤੁਹਾਨੂੰ ਸਾਡੇ ਡੇਲੀ ਲਾਈਫ ਦੀ ਵਲੌਗਿੰਗ ਬਹੁਤ ਜ਼ਿਆਦਾ ਅੱਛੀ ਲੱਗੇਗੀ ਤੁਹਾਨੂੰ ਅਸੀਂ ਡੇਲੀ ਲਾਈਫ ਦੀ ਆਪਣੀ ਰੂਟੀਨ ਸ਼ੇਅਰ ਕਰਾਂਗੇ ਡੇਲੀ ਲਾਈਫ ਦੀ ਵਲੌਗਿੰਗ ਤੁਸੀਂ ਇੰਜੋਏ ਕਰੋਗੇ ਕਿ ਜ਼ਿੰਦਗੀ ਦੇ ਵਿੱਚ ਅਸੀਂ ਕੀ ਕਰ ਰਹੇ ਹਾਂ ਕਿੱਦਾਂ ਸਾਡਾ ਸੌਣ ਬੈਣ ਉੱਠਣ ਬੈਣ ਜੋ ਵੀ ਹੈ ਕੀ ਕਰਦਾ ਮੈਂ ਠੀਕ ਹੈ ਅਸੀਂ ਇੱਕ ਆਪਣਾ ਤੁਹਾਨੂੰ ਛੋਟੀ ਜਿਹੀ ਫੈਮਲੀ ਨਜ਼ਰ ਆਈ ਅਸੀਂ ਫੈਮਲੀ 'ਚ ਦੋ ਹੀ
बंदे नज़र आए हैं तुम्हें ठीक है ये भी सारा दसांगे इनशाला तो बाकी दसांगे जी मैं की करदा की नहीं करदा क्योंकि कुछ वीडियोज़ उत्ते काफ़ी ज़्यादा दोस्तों ने कमेंट किए कि जी भाई तुम की करते जी ठीक है तो यह भी सारे इनशाला तुम्हें डिटेल में एक ब्लॉग बनाया जाएगा उन्हें दसा जाएगा बाकी हूँ मेरी बांह हो गई बस कड़क कड़क कर रही है ठीक है जी हूँ सूँ जो इजाजत।